ਸਸ਼ੀਕਲ ਦੋਸਤੋ ਤੁਸੀਂ ਵੇਖ ਰਹੇ ਹੋ ਸਾਡਾ ਟੀਵੀ ਯੂਐਸਏ ਇਸ ਵੇਲੇ ਦੀ ਵੱਡੀ ਖਬਰ ਹੈ ਸੀਡੀਐਸ रावत ਨੂੰ ਨਮ ਅੱਖਾਂ ਨਾਲ ਧੀਆਂ ਨੇ ਦਿੱਤੀ ਵਿਦਾਈ 17 ਤੋਪਾਂ ਤੇ 800 ਜਵਾਨ ਦੇਣਗੇ ਸਲਾਮੀ ਸੀਡੀਐਸ ਵਿਪਨ रावत ਸਮੇਤ ਤਾਮਿਲਨਾਡੂ ਹੈਲੀਕਾਪਟਰ ਹਾਦਸੇ ਵਿੱਚ ਸ਼ਹੀਦ ਹੋਣ ਵਾਲੇ ਸਾਰੇ 13 ਸੈਨਿਕਾਂ ਨੂੰ ਅੱਜ ਅੰਤਿਮ ਵਿਦਾਇਗੀ ਦਿੱਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਜਰਨਲ ਵਿਪਨ ਰਾਵਤ ਦੀ ਦੇਹ ਸ਼ੁੱਕਰਵਾਰ ਨੂੰ ਬੇਸ ਹਸਪਤਾਲ ਤੋਂ ਉਹਨਾਂ ਦੀ ਰਿਹਾਈਸ਼ ਤੇ ਲਿਆਂਦੀ ਗਈ ਸੀ ਉਹਨਾਂ ਦੀ ਦੇਹ ਨੂੰ ਬਾਅਦ ਦੁਪਹਿਰ 3:30 ਵਜੇ ਦਿੱਲੀ ਕੈਂਟ ਬਰਾਡ ਚੌਕ ਵਿਖੇ ਅੰਤਿਮ ਸੰਸਕਾਰ ਲਈ ਲਿਜਾਇਆ ਜਾਵੇਗਾ ਸ਼ਾਮ 4:45 ਵਜੇ 7 ਰੰ ਤੋਂਪਾਂ ਦੀ ਸਲਾਮੀ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਇਸ ਦੌਰਾਨ ਇੱਥੇ 800 ਸੈਨਿਕ ਮੌਜੂਦ ਰਹਿਣਗੇ ਇਸ ਤੋਂ ਪਹਿਲਾਂ ਸੀ ਡੀਐਸ ਵਿਪਨ ਰਾਵਤ ਤੇ ਮਧੁਲਿਕਾ ਰਾਵਤ ਦੀਆਂ ਬੇਟੀਆਂ ਕ੍ਰਿਤਿਕਾ ਤੇ ਤਾਰिणी ਨੇ ਆਪਣੇ ਮਾਤਾ ਪਿਤਾ ਨੋ ਸ਼ਰਧਾਂਜਲੀ ਦਿੱਤੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਚਾ ਕਾਂਗਰਸ ਨੇਤਾ ਰਾਹੁਲ ਗਾਂਧੀ ਸਮੇਤ ਕਈ ਨੇਤਾਵਾਂ ਨੇ ਵੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਥਲਸੈਨਾ ਮੁਖੀ ਐਮ ਐਮ ਨਰਵਾਣੇ ਆਈਐਫ ਮੁਖੀ ਵਿਯਾਰ ਚੌਧਰੀ ਤੇ ਜਲਸੈਨਾ ਮੁਖੀ ਆਰ ਹਰੀ ਕੁਮਾਰ ਨੇ ਵੀ ਸੀਡੀਐਸ ਵਿਪਨ रावत ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਵੇਲੇ ਦੀ ਵੱਡੀ ਖਬਰ ਹੈ ਇਸੇ ਤਰ੍ਹਾਂ ਦੀਆਂ ਕੁਝ ਨਵੀਆਂ ਖਬਰਾਂ ਸੁਣਨ ਦੇ ਲਈ ਵੇਖਦੇ ਰਹੋ ਸਾਡਾ ਟੀਵੀ ਯੂਐਸਏ ਤਦ ਤੱਕ ਲਈ ਇਜਾਜ਼ਤ ਦਿਓ ਧੰਨਵਾਦ